ਮੈਂ ਰੁਤਬਿਆਂ ਨੂੰ ਕੰਮ ਨਾਲ ਜੋੜਾਂਗੀ ਜੀ। ਪਰਿਵਾਰ 3 ਸਾਲ ਬਾਅਦ 100 ਸਾਲ ਪੁਰਾਣਾ ਹੋਣ ਜਾ ਰਿਹਾ ਹੈ ਅਤੇ ਕੰਪੈਰੀਜ਼ਨ ਤੁਸੀਂ ਕਰ ਲਓ। ਅੱਛਾ, ਇਹ ਮੌਕਾ ਹੈ ਕਿ ਸਾਰੇ ਹੈ ਜੀ ਔਰ ਸਾਰੇ ਇੱਕ ਹੀ ਹਨ ਜੀ। ਸਿੱਧੂ ਸਾਹਿਬ ਕੀ ਕਹਿਣਾ ਚਾਹੁੰਦੇ ਹੋ ਅੱਜ ਕਿਹੜੀ ਫੀਮੇਲ ਲੀਡਰਸ਼ਿਪ ਕਿਹੜੀ ਅੱਜ ਸਾਰੀ ਇਕੱਠੀ ਹੋ ਗਈ। ਪਹਿਲੀ ਗੱਲ ਤੇ ਇਹ ਹੈ ਯਾਰ ਪਿੱਛੇ ਕਰ ਲਓ ਨਾ, ਜਿਹੜਾ 24 ਕੈਰੇਟ ਸੋਨਾ ਹੁੰਦਾ ਨਾ ਥੋੜਾ ਨੀਚੇ ਕਰ ਲਓ, ਉਹਦੇ ਵਿੱਚ ਕੋਈ ਮੈਲ ਨਹੀਂ ਹੁੰਦੀ ਯਾਰ। ਮਾਈਕ ਥੱਲੇ ਕਰ ਲਓ ਸਾਰੇ, ਆਈਡੀ ਥੱਲੇ ਬੈਠੀ ਆ, ਆਈਡੀ ਥੱਲੇ ਕਰ ਲਓ, ਫੇਸ ਤਾਂ ਹੁੰਦਾ ਯਾਰ। ਇਸ ਆਈਡੀ ਥੱਲੇ ਕਰੋ ਦੀ ਕ੍ਰੈਡੀਬਿਲਟੀ ਤੋਂ ਉੱਤੇ ਕਿਸੇ ਦੀ ਵੀ ਕ੍ਰੈਡੀਬਿਲਟੀ ਹੈ ਨਹੀਂ। ਸਭ ਤੋਂ ਪਹਿਲੀ ਚੀਜ਼ ਹੈ ਇਹ ਤੁਰਾ ਹੈ। ਦੂਜੀ ਚੀਜ਼ ਕਿ ਕਾਂਗਰਸ ਵਿਲ ਬੀ ਅੰਡਰ ਵਨ ਫਲੈਗ, ਇੱਕ ਝੰਡੇ ਦੇ ਥੱਲੇ ਕਾਂਗਰਸ ਹੋਏਗੀ। ਐਸਾ ਕੋਈ ਅੱਖਰ ਨਹੀਂ ਜਿਹੜਾ ਸ਼ਬਦ ਨਾ ਬਣ ਸਕੇ, ਐਸਾ ਕੋਈ ਪੌਦਾ ਨਹੀਂ, ਮੈਂ ਰਿਪੀਟ ਕਰ ਰਿਹਾ, ਐਸਾ ਕੋਈ ਪੌਦਾ ਨਹੀਂ ਜਿਹੜਾ ਔਸ਼ਧੀ ਨਾ ਬਣ ਸਕੇ, ਔਰ ਕਾਂਗਰਸ ਦਾ ਕੋਈ ਐਸਾ ਕਾਰਜਕਰਤਾ ਨਹੀਂ ਜਿਹੜਾ ਯਥਾ ਯੋਗ ਥਾਂ ਦੇ ਉੱਤੇ ਸਨਮਾਨ ਦੇ ਨਾਲ ਸਥਾਪਿਤ ਨਾ ਹੋ ਸਕੇ। ਸਨਮਾਨ ਦੇਵਾਂਗੇ, ਜਿਹੜੇ ਰੁੱਸੇ ਆ ਮਨਾ ਕੇ ਘਰੋਂ ਲਿਆਵਾਂਗੇ, ਅਤੇ ਤੁਸੀਂ ਵੇਖੋਗੇ ਆਉਣ ਵਾਲੇ ਸਮੇਂ ਦੇ ਵਿੱਚ ਸੱਤੇ ਪ੍ਰਧਾਨ ਬੈਠੇ ਹੋਣਗੇ, ਸੱਤੇ ਕਾਂਗਰਸ ਦੇ 8 MLA ਬੈਠੇ ਹੋਣਗੇ। ਕੋਈ ਐਸਾ ਕਹਿੰਦਾ ਕਹਾਉਂਦਾ ਲੀਡਰ ਫਾਰਮਰ ਚੀਫ ਮਿਨਿਸਟਰ ਕੋਈ ਹੋਵੇ ਉਹ ਹੋਊਗਾ, ਕਹਿੰਦਾ ਕਹਾਉਂਦਾ ਕੋਈ ਲੀਡਰ ਐਸਾ ਨਹੀਂ। ਅਸੀਂ ਨੀਲਾ ਸਮੁੰਦਰ ਬਣਾਵਾਂਗੇ ਜਿੱਥੇ ਹਰੇਕ ਨੂੰ ਤੈਰਨ ਦੀ ਥਾਂ ਹੋਊਗੀ, ਹਰੇਕ ਨੂੰ ਕੰਮ ਕਰਨ ਦਾ ਇੱਕ ਸ਼ੋਭਾ ਹੋਊਗੀ ਜਿਹਦੇ ਨਾਲ ਉਹਨੂੰ ਇਨਵੋਲਵ ਕੀਤਾ ਜਾਊਗਾ। ਕੋਈ ਇਹੋ ਜਿਹਾ ਬੰਦਾ ਨਹੀਂ ਹੋਊਗਾ ਹੂ ਵਿਲ ਬੀ ਲੈਫਟ ਆਊਟ, ਜਿੱਥੇ ਕਿਸੇ ਦਾ ਈਗੋ ਹੋਵੇ ਮੈਂ ਜਾ ਕੇ ਨੀਵਾਂ ਹੋ ਕੇ ਰੁੱਸਿਆਂ ਨੂੰ ਮਨਾਊਂਗਾ। ਔਰ ਕਾਂਗਰਸ ਦਾ ਕਾਰਜਕਰਤਾ ਇਹੋ ਜਿਹਾ ਨਹੀਂ ਹੈ, ਦੇਸ਼ ਨੂੰ ਆਜ਼ਾਦੀ ਦੇਣ ਵਾਲੀ ਪਾਰਟੀ ਹੈ ਇਹ। 70 ਸਾਲ ਪੁਰਾਣੇ ਕਾਰਜਕਰਤਾ ਨੇ, ਇੱਟ ਚੁੱਕੋ ਕਾਂਗਰਸੀ, ਇੱਟ ਦੇ ਉੱਤੇ ਵੀ ਕਾਂਗਰਸੀ, ਬਸ ਉਹਨਾਂ ਨੂੰ ਮਨਾਉਣ ਦੀ ਗੱਲ ਹੈ। ਪ੍ਰਧਾਨ ਦੇ ਥੱਲੇ ਕਰਾਂਗੇ, ਔਰ ਪ੍ਰਧਾਨ ਇੱਕ ਮਿੰਟ ਮੈਨੂੰ ਗੱਲ ਕਰ ਲੈ। ਪ੍ਰਧਾਨ ਇੱਕ ਸੰਸਥਾ ਹੁੰਦੀ ਹੈ, ਉੱਥੇ ਕੋਈ ਛੋਟਾ ਵੱਡਾ ਨਹੀਂ ਹੁੰਦਾ, ਉਮਰ ਦਾ ਕੋਈ ਤਕਾਜ਼ਾ ਨਹੀਂ ਹੁੰਦਾ। ਪ੍ਰਧਾਨ ਦੀ ਕੁਰਸੀ ਸੰਸਥਾ ਸਵਰੂਪ ਹੈ, ਪੀੜ੍ਹੀ ਦਰ ਪੀੜ੍ਹੀ ਪ੍ਰੇਰਣਾ ਦਾ ਸਰੋਤ ਹੈ। ਪ੍ਰਧਾਨ ਨੂੰ ਹਮੇਸ਼ਾ ਉਹਦਾ ਬਣਦਾ ਸਨਮਾਨ ਮਿਲੇਗਾ, ਔਰ ਇੱਕ ਵਰਕਰ ਦੀ ਤਰ੍ਹਾਂ ਨਵਜੋਤ ਸਿੰਘ ਸਿੱਧੂ ਕੰਮ ਕਰੇਗਾ। ਅਹੁਦੇ ਦੀ ਲੋੜ ਹੀ ਹੈ ਨਹੀਂ, ਕਿਸੇ ਅਹੁਦੇ ਦੀ ਲੋੜ ਨਹੀਂ ਪੰਜਾਬ ਦੇ ਲਈ ਲੜਨ ਦੀ ਨਹੀਂ। ਅਤੇ ਇੰਨਾ ਹੀ ਕਹਿਣਾ ਕਿ ਜਿਹੜਾ ਮੁੱਖ ਮੰਤਰੀ ਬੈਠਾ ਨਾ ਮੇਰਾ ਛੋਟਾ ਭਾਈ, ਉਹ ਮੈਨੂੰ ਜਵਾਬ ਦੇਣ ਵਾਲਾ ਬਣੇ ਬਸ। ਅੱਛਾ, ਤੁਸੀਂ ਸਿੱਧੂ ਸਾਹਿਬ ਨਾਰਾਜ਼ ਜਿਹੜੇ ਹੋਏ ਨੇ ਉਹਨਾਂ ਨੂੰ ਕਿਵੇਂ, ਕੋਈ ਨਾਰਾਜ਼ ਹੈ ਹੀ ਨਹੀਂ ਪ੍ਰਧਾਨ ਪਹਿਲੋਂ ਨਹੀਂ ਬਣਾਇਆ। ਉਹ ਕਿਹੜਾ ਐਸਾ ਵਿਅਕਤੀ ਹੈ ਜਿਹੜਾ ਨਹੀਂ ਬਣਾਇਆ, ਜਿਹੜਾ ਵਿਅਕਤੀ ਕਾਂਗਰਸ ਪਾਰਟੀ ਦਾ ਨਿਰੰਤਰ ਹਮੇਸ਼ਾ ਅਸੀਂ ਮਨਾਉਂਦੇ ਰਹੇ ਤੇ ਗਾਂ ਵੀ ਬਣਾਵਾਂਗੇ। ਛੋਟਾ ਸਾਹਿਬ ਪਰਿਵਾਰ ਹੈਗਾ, ਵਿਚਾਰ ਹੈ ਔਰ ਸੋਚ ਹੈ ਚੌਧਰੀ, ਔਰ ਅਸੀਂ ਸਾਰਿਆਂ ਨੂੰ ਨਾਲ ਲੈ ਕੇ ਪ੍ਰਧਾਨ ਹੋਣ ਦੇ ਨਾਤੇ ਜੋ ਵਿਅਕਤੀ ਮੈਨੂੰ ਸੱਦੇਗਾ ਜਿੱਥੇ ਮੈਨੂੰ ਲੱਗੇਗਾ ਉਹ ਨਾਰਾਜ਼ ਬੈਠਾ, ਮੈਂ ਉਹਨੂੰ ਕੋਲ ਜਾਵਾਂਗਾ, ਲੇਕਿਨ ਅਗਲਾ ਫੈਸਲਾ ਅਗਲੇ ਨੇ ਵਿਅਕਤੀਗਤ ਲਿਆ, ਕੋਈ ਚਲਾ ਗਿਆ ਨਹੀਂ ਚਲਾ ਗਿਆ। ਮੇਰੇ ਘਰ ਉਹਦਾ ਨੇ ਕਿਹਾ ਮਿਲ ਡਾਉਣਾ ਹੈ, ਵੈਲਕਮ। ਜੋ ਵੀ ਕੋਈ ਸਾਡੇ ਗੁਆਂਢੀ ਵੀ ਹੁੰਦਾ ਸੀ ਤਾਂ ਕਹਿੰਦਾ ਉਹਦੇ ਕੋਲ ਸਾਡੀ ਪਾਰਟੀ ਦੇ ਪ੍ਰਧਾਨ ਰਹੇ ਆ ਕਾਂਗਰਸ ਦਾ, ਔਰ ਕਾਂਗਰਸ ਪਾਰਟੀ ਨੂੰ ਤਕੜਾ ਕਿਵੇਂ ਕਰਨਾ, ਮਜ਼ਬੂਤ ਕਿਵੇਂ ਕਰਨਾ, ਇਹ ਗੱਲਬਾਤ ਕਰਨ ਵਾਸਤੇ ਉਹ ਕਹਿੰਦੇ ਸੀ। ਮੈਂ ਤੁਰਿਆ ਕਿ ਕੋਈ ਵੀ ਕਾਂਗਰਸ ਨੂੰ ਮਜ਼ਬੂਤ ਕਰਨ ਵਾਸਤੇ ਤੁਰੂਗਾ ਅਤੇ ਕਾਂਗਰਸ ਨੂੰ ਤਕੜੀ ਕਰਦਾ, ਕਾਂਗਰਸ ਦੇ ਨਾਲ ਹੈ, ਅਸੀਂ ਉਸ ਨੂੰ ਸਮਝਦੇ ਹਾਂ ਕਿ ਸਾਡਾ ਸਮਾਨ ਹੁੰਦਾ। ਮੈਮ ਇਹੋ ਜਿਹੀ ਵਿਚਾਰ ਚਰਚਾ ਆਪਣੇ ਮੌਜੂਦਾ ਪ੍ਰਧਾਨ ਉਹਨਾਂ ਨਾਲ ਗੱਲ ਹੋਈ ਹਲੇ ਤੱਕ ਕਿ ਕਾਂਗਰਸ ਜਿਹੜਾ ਇੱਥੇ ਇਲੈਕਸ਼ਨ ਹੈਗਾ ਉਹਦੀ ਕੰਪੇਨਿੰਗ ਕਿਵੇਂ ਜੀ ਚੱਲਣੀ, ਕਿਵੇਂ ਜੀ ਆਪਣੀ ਸਾਰੀ ਜ਼ਿੰਮੇਵਾਰੀ ਹੋਣੀ? ਤਾਂ ਕੜਸੀ ਫਸਟ ਮੀਟਿੰਗ ਆਈ ਸੀ ਮੇਰੇ ਕੋਲ ਬਾਹਰ ਆਉਣ ਤੋਂ ਬਾਅਦ, ਪਹਿਲੀ ਵਾਰ ਜਦੋਂ ਪਹਿਲੀ ਸੀ ਕੜਸੀ ਮੀਟਿੰਗ ਸੀ, ਉਹਦੇ ਵਿੱਚ ਜਿਸ ਤਰ੍ਹਾਂ ਹੁੰਦਾ ਕਿ ਉਹਨਾਂ ਦੇ ਬਾਪ ਉਹਨਾਂ ਸਾਰੇ ਮਜ਼ਾਕ ਵੀ ਸੀ ਬਹੁਤ ਚੰਗੇ, ਉਸ ਕਰਕੇ ਉਹਨਾਂ ਦੇ ਵਿੱਚੋਂ ਆਏ ਹੈ ਇੱਧਰ ਹੀ ਆਉਣਾ ਪੰਜ ਦਸ ਮਿੰਟ। ਚੋਣਾਂ ਤੋਂ ਪਹਿਲਾਂ ਆਪਣੇ ਚੌਧਰੀ ਪਰਿਵਾਰ ਦੇ ਸਦੱਸਿਆਂ ਦੇ ਦੂਸਰੀ ਪਾਰਟੀ ਸ਼ਾਮਿਲ ਹੋਣਾ, ਤੁਹਾਨੂੰ ਲੱਗਦਾ ਕਿ ਏਸੀ ਦਾ ਆਪਣੇ ਪ੍ਰਭਾਵ ਪਏਗਾ, ਏਸੀ ਤੋਂ ਕੀ ਫਰਕ ਪਏਗਾ ਤੁਸੀਂ? ਦੇਖੋ ਇਹ ਜਿਵੇਂ ਕਹਿੰਦੇ ਹੁੰਦੇ ਨਾ ਆਉਣ ਜਾਣ ਬਣਿਆ, ਕੋਈ ਉੱਧਰ ਇੱਧਰ ਆ ਜਾਂਦਾ ਫਿਰ ਉੱਧਰ ਵਗ ਜਾਂਦਾ ਹੈਗਾ, ਅਤੇ ਉਹ ਕਈ ਵਾਰੀ ਦੂਜੇ ਦੀ ਥਾਲੀ 'ਚ ਲੱਡੂ ਵੱਡਾ ਲੱਗਦਾ। ਸੰਗਰੂਰ ਤੋਂ ਜਲੰਧਰ ਡਿਫਰੈਂਟ ਕਿਵੇਂ ਆ? ਸੰਗਰੂਰ ਦੇ ਵਿੱਚ ਵੀ ਕਾਂਗਰਸ ਜਿਹੜੀ ਸੀ ਇੰਨਾ ਵਧੀਆ, ਤੁਸੀਂ ਤੀਸਰੇ ਨੰਬਰ 'ਤੇ ਰਹੇ ਸੀ, ਜਲੰਧਰ ਕਿਉਂ ਲੱਗਦਾ ਤੁਹਾਨੂੰ? ਜਲੰਧਰ ਬੇਸਿਕਲੀ ਜਿਹੜਾ ਗਿਣਿਆ ਮੈਂ ਤੁਹਾਡਾ ਜਲੰਧਰ ਹੋਇਆ, ਇਹ ਦੁਆਬਾ ਹੋਇਆ, ਆਮ ਤੌਰ 'ਤੇ ਇਹਨੂੰ ਕਾਂਗਰਸ ਮਾਈਂਡਡ ਜ਼ਿਆਦਾ ਕਹਿੰਦੇ ਆ, ਸਾਡਾ ਜਿਹੜਾ ਹੈਗਾ ਸਿਵਾਲਵਾ ਉਹਨੂੰ ਥੋੜ੍ਹਾ ਕਾਲੀ ਮਾਈਂਡਡ ਗਿਣਿਆ ਜਾਂਦਾ ਸੀ। ਠੀਕ ਹੈ, ਇਸ ਕਾਰਨ ਕਰਕੇ ਸਮਝਦੇ ਹਾਂ ਕਿ ਆਲਰੇਡੀ ਜਲੰਧਰ ਦੇ ਵਿੱਚ ਪਹਿਲਾਂ ਸੀਟ ਵੀ ਸਾਡੇ ਕੋਲ ਸੀ, ਅਤੇ ਲੋਕ ਵੀ ਬੜੇ ਨਿੱਕੇ ਬਾਹਰ ਅੰਦਰ ਜਾਣ ਵਾਲੇ ਸਾਰੇ ਹੈਗੇ ਹੈ, ਅਤੇ ਇਸ ਕਾਰਨ ਕਰਕੇ ਅਤੇ ਅੱਜ ਸਿਫਤੀ ਵੀ ਹੈਗੀ ਕਿ ਚਲੇ ਗਏ ਸੰਤੋਖ ਸਿੰਘ ਜੀ, ਕੁਛ ਮਹੀਨੇ ਬਾਅਦ ਫਿਰ ਵੋਟਾਂ ਆਉਣੀਆਂ ਪਾਰਲੀਮੈਂਟ, ਇਸ ਲਈ ਮੈਂ ਸਮਝਦੀ ਹਾਂ ਕਿ ਲੋਕਾਂ ਦਾ ਜੋ ਐਟੀਚਿਊਡ ਹੈ
प्रेजेंट मौजूदा सरकार चाहे वह दिल्ली की है चाहे वह पंजाब की है इन्हों तो लोग बहुत ही खुश नहीं असी हमेशा देखो ये तो एक सिस्टम है कुदरत का जिस तरह लगता के पत्ते भी पुराने झंडे होंगे ने गे आना तो जाना बनया हों कोई ऐसी इग्नोर वाली गल नहीं अभी भी मैंने कल राजे ही है उन्हें कल सिद्धू ने कहा मैं थोड़े घर आना खा जाओ बई असं चाहते हैं कि सारी कांग्रेस एक जुट तो एक मुक्त हो गए पुराने मैंबर नौ नौजवान पीढ़ी जोश भी है तो लेकिन थोड़ी उन्होंने सीनियर लोगों का जो आशीर्वाद रहो तो जोश तो होश कट्ठे हो जाते हैं तो पार्टी बहुत संगरूर से सीएम का जिले का गुरदौरी या बाकी कोई फर्क है वक्त गुरदौरी गुरी होगी अजय तो जो कुछ भी सुने चाहे वह गुरदौरिया का है चाहे वह होर कोई रियायत देन है अजय तो सिर्फ वो कागजी जहाँ लगता है कैबिनेट च पास करता उत्तर पहुँच गया दफ्तर जाते जाते कि पता लगेगा प्रिंट होते कि पता लगेगा नोटिफिकेशन कि टाइम लगेगा अजय तो ऑल जी है लॉलीपॉप जो दे रहे हैं दे आर ऑन द वे टू कि पहुँचन लोगों तक पहुँचने कि टाइम लगता है मुआवजा पूरा किस तरीके से वंडोगे जब गुरदौरी नहीं हुई तो मैं तुम्हें यही कह रही हाँ ना कि इन्होंने जो कुछ किया तो सारे लोग देख रहे हैं हूँ ही हो और असी तो मैं दसना चाहती हाँ कि एक बार साढ़े वेले भी इस तरह का आया से तो असी मैं उदो यह फैसला किया कैप्टन साहब बाहर गए थे कि 15% इमीजिएटली पहला लोगों को दे दिए उस नो जो फसलें बदलती हैं तो होनी है बीज लिया सारा कर सकन जिदा उस तो बाद फिर अभी कर सकते ठीक।